ਆਉਂਦੀਆਂ ਹਨ ਤਾਂ ਬਹੁਤ ਸਾਰੇ ਨੇਤਾ ਖਾਸ ਕਰ ਹੁਕਮਰਾਨ ਧਿਰ ਦੇ ਅਜੀਬ ਬਿਆਨ ਜਾਰੀ ਕਰਦੇ ਹਨ ਅਜੀਬ ਹਰਕਤਾਂ ਵੀ ਕਰਦੇ ਹਨ ਜਿਨ੍ਹਾਂ ਤੇ ਆਮ ਵੋਟਰ ਜਾਂ ਤਾਂ ਹੱਸ ਛੱਡਦੇ ਨੇ ਤੇ ਜਾਂ ਇਹਨਾਂ ਨੂੰ ਨਜ਼ਰਅੰਦਾਜ਼ ਕਰਨਾ ਪੈਂਦਾ ਹੈ ਪੰਜਾਬ 'ਚ ਜਲਦ ਵਿਧਾਨ ਸਭਾ ਚੋਣਾਂ ਲਈ ਚੋਣਾਂ ਹੋਣ ਵਾਲੀਆਂ ਹਨ ਅਤੇ ਜਿਵੇਂ ਜਿਵੇਂ ਚੋਣ ਅਖਾੜਾ ਭਖਣ ਲੱਗਾ ਹੈ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵਧਣ ਨਾਲ ਤਰ੍ਹਾਂ ਤਰ੍ਹਾਂ ਦੇ ਦ੍ਰਿਸ਼ ਸਾਹਮਣੇ ਆਉਣ ਲੱਗੇ ਹਨ ਇਹਨਾਂ ਵਿੱਚੋਂ ਬਹੁਤਿਆਂ ਦੇ ਗੰਭੀਰ ਸਿਆਸੀ ਤੌਰ ਤਰੀਕੇ ਨਜ਼ਰ ਨਹੀਂ ਆ ਰਹੇ ਪੰਜਾਬ ਵਿੱਚ ਪਿਛਲੇ ਥੋੜੇ ਜਿਹੇ ਸਮੇਂ ਵਿੱਚ ਤੇਜ਼ੀ ਨਾਲ ਸਿਆਸਤ ਦਾ ਪਹੀਆ ਘੁੰਮਿਆ ਹੈ ਹਾਲੇ ਕੋਈ 3 ਮਹੀਨੇ ਪਹਿਲਾਂ ਰਾਜ ਵਿੱਚ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ 4.5 ਸਾਲ ਤੋਂ ਮੁੱਖ ਮੰਤਰੀ ਵਜੋਂ ਚੱਲ ਰਹੇ ਸਨ ਭਾਵੇਂ ਕਿ ਉਹਨਾਂ ਦੀ ਸਰਕਾਰ ਵਿੱਚ ਹੁਣ ਦੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਭਾਰੀ ਔਕੜਾਂ ਖੜੀਆਂ ਕਰ ਰੱਖੀਆਂ ਸਨ ਪਿਛਲੇ 18 ਸਤੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਅਤੇ ਤੇਜ਼ੀ ਨਾਲ ਬੀਤੀਆਂ ਘਟਨਾਵਾਂ ਬਾਅਦ ਕਾਂਗਰਸ ਦੀ ਆਲਾਕਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਅਹੁਦਾ ਸੌਂਪਿਆ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਰੋਜ਼ ਨਵੇਂ ਐਲਾਨ ਕਰ ਰਹੇ ਹਨ ਅਤੇ ਇਸ਼ਤਿਹਾਰਬਾਜ਼ੀ ਤੇ ਪੂਰਾ ਜ਼ੋਰ ਹੈ ਇਹ ਵੀ ਨਜ਼ਰ ਆ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਣਨ ਬਾਅਦ ਆਪਣਾ ਕੱਦ ਵਧਾਇਆ ਹੈ ਬਹੁਤ ਸਾਰੇ ਲੋਕ ਪ੍ਰਵਾਨ ਕਰ ਰਹੇ ਹਨ ਬਹੁਤ ਸਾਰੇ ਲੋਕ ਪ੍ਰਵਾਨ ਕਰ ਰਹੇ ਹਨ ਕਿ ਉਹਨਾਂ ਦੀ ਮਕਬੂਲੀਅਤ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਾਲੇ ਵੀ ਅਜਿਹੇ ਬਿਆਨ ਜਾਰੀ ਕਰ ਰਹੇ ਹਨ ਜਿਹੜੇ ਪੰਜਾਬ ਸਰਕਾਰ ਲਈ ਸਿਰਦਰਦੀ ਪੈਦਾ ਕਰ ਰਹੇ ਹਨ ਤਾਜ਼ਾ ਬਿਆਨ ਵਿੱਚ ਨਸ਼ਿਆਂ ਸੰਬੰਧੀ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਜੇਕਰ ਇਹ ਦਬਾਈ ਰੱਖੀ ਗਈ ਤਾਂ ਉਹ ਮਰਨ ਵਰਤ ਤੇ ਬੈਠ ਜਾਣਗੇ ਨਵਜੋਤ ਸਿੰਘ ਸਿੱਧੂ ਧਾਰਮਿਕ ਮਾਮਲਿਆਂ ਤੇ ਵੀ ਖਾਸ ਜ਼ੋਰ ਦਿੰਦੇ ਰਹੇ ਹਨ ਇਹ ਸ਼ਾਇਦ ਭਾਰਤੀ ਜਨਤਾ ਪਾਰਟੀ ਦੇ ਮਾਹੌਲ ਵਿੱਚੋਂ ਉਹ ਆਪਣੇ ਨਾਲ ਹੀ ਲਿਆਏ ਹਨ ਪੰਜਾਬ ਕਾਂਗਰਸ ਪ੍ਰਧਾਨ ਪੰਜਾਬ ਬਾਰੇ ਆਪਣੀਆਂ ਚਿੰਤਾਵਾਂ ਨੂੰ ਦਰਸਾਈ ਰੱਖ ਕੇ ਆਪਣਾ ਵੀ ਪੰਜਾਬ ਲਈ ਇਨਸਾਫ ਮੰਗਣ ਵਾਲੇ ਨੇਤਾ ਦਾ ਅਕਸ ਬਣਾਈ ਰੱਖਣਾ ਚਾਹੁੰਦੇ ਹਨ ਪਰ ਕਾਫੀ ਲੋਕ ਹੁਣ ਇਹ ਵੀ ਰਾਏ ਪ੍ਰਗਟ ਕਰ ਰਹੇ ਹਨ ਕਿ ਪੰਜਾਬ ਕਾਂਗਰਸ ਆਪਣੀ ਸਰਕਾਰ ਦੀ ਹਿਫਾਜ਼ਤ ਲਈ ਆਪ ਹੀ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਹੈ ਐਤਕੀ ਦੀਆਂ ਚੋਣਾਂ ਤੋਂ ਪਹਿਲਾਂ ਦੇ ਦਿਨਾਂ ਦਾ ਇਹ ਇੱਕ ਵੱਖਰਾ ਹੀ ਨਜ਼ਾਰਾ ਹੈ ਇਸ ਦਾ ਅੰਤ ਨੂੰ ਚੋਣਾਂ ਵਿੱਚ ਲਾਭ ਕੀ ਹੋਵੇਗਾ ਇਸ ਦਾ ਹਾਲੇ ਠੀਕ ਪਤਾ ਨਹੀਂ ਖੱਬੀਆਂ ਪਾਰਟੀਆਂ ਨੂੰ ਛੱਡ ਕੇ ਬਾਕੀ ਦੀਆਂ ਸਿਆਸੀ ਪਾਰਟੀਆਂ ਦਾ ਹਾਲੇ ਤੱਕ ਦਾ ਪ੍ਰਚਾਰ ਵੀ ਨੀਤੀਆਂ ਤੇ ਜ਼ਿਕਰ ਤੋਂ ਕੋਰਾ ਅਤੇ ਅਸਲ ਮੁੱਦਿਆਂ ਤੋਂ ਖਾਲੀ ਰਿਹਾ ਹੈ ਵੋਟਰਾਂ ਨੂੰ ਆਪਣੇ ਪਾਸੇ ਖਿੱਚਣ ਲਈ ਲੋਕਾਂ ਦੇ ਮਸਲਿਆਂ ਤੋਂ ਜਿੰਨਾ ਖਾਲੀ ਪ੍ਰਚਾਰ ਢੰਗ ਤਰੀਕੇ ਹੋਣਗੇ ਉਹਨਾਂ ਜ਼ਿਆਦਾ ਹੀ ਲੋਕ ਮਸਲਿਆਂ ਦੇ ਹੱਲ ਸਰਕਾਰ ਬਣਨ ਬਾਅਦ ਵੀ ਦੂਰ ਰਹਿਣਗੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਦੇ ਮੁੱਖ ਸਿਆਸੀ ਪਾਰਟੀਆਂ ਦੇ ਹਾਲੇ ਤੱਕ ਦੇ ਚੋਣ ਪ੍ਰਚਾਰ ਵਿੱਚੋਂ ਪੰਜਾਬ ਦੀ ਤਰੱਕੀ ਦੇ ਭਵਿੱਖ ਦਾ ਨਕਸ਼ਾ ਗਾਇਬ ਹੈ ਹਲੇ ਇੱਕ ਦੂਜੇ ਤੇ ਦੋਸ਼ ਹੀ ਲਗਾ ਰਹੇ ਨੇ ਵਾਅਦੇਬਾਜ਼ੀ ਅਤੇ ਸ਼ੁਗਲ ਹੋ ਰਿਹਾ ਹੈ ਪੰਜਾਬ ਦੇ ਲੋਕਾਂ ਨੂੰ ਸਿਆਸੀ ਪਾਰਟੀਆਂ ਦੇ ਚੋਣ ਪ੍ਰਚਾਰ ਤੇ ਖਾਸ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਸਿਆਸੀ ਪਾਰਟੀਆਂ ਤੋਂ ਮੰਗ ਕਰਨੀ ਚਾਹੀਦੀ ਹੈ ਕਿ ਉਹ ਪੰਜਾਬ ਲਈ ਠੋਸ ਪ੍ਰੋਗਰਾਮ ਪੇਸ਼ ਕਰਨ ਤਾਂ ਕਿ ਉਹਨਾਂ ਦਾ ਅਸਲ ਵੀ ਬਾਹਰ ਆ ਸਕੇ ਧੰਨਵਾਦ